ਮਿੰਟੂ ਜੀ, ਇੱਕ ਖਬਰ ਹੋਰ ਆਪਾਂ ਕਰਦੇ ਹਾਂ ਅਗਲੀ। ਬਿਹਾਰ ਤੋਂ ਇਹ ਖਬਰ ਹੈ, ਲੇਡੀ ਕਾਂਸਟੇਬਲ ਨੀਤੂ ਠਾਕਰੇ ਕੋਈ, ਉਹ ਕਹਿੰਦੇ ਠਾਕਰੇ ਨੇ ਨੀਤੂ ਠਾਕੁਰ 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 ਜੀ। ਠਾਕਰੇ ਜ਼ਿਆਦਾ ਚਲੇ ਜਾਂਦੇ ਨੇ ਮਹਾਰਾਸ਼ਟਰ ਦੇ ਵਿੱਚ, ਠਾਕਰੇ ਉੱਥੇ ਨੇ ਜੀ, ਜੀ। ਉਹ ਕਹਿੰਦੇ ਵੀ ਇਹੋ ਜਿਹਾ ਕੀ ਉਹ ਕਰ ਬੈਠੀ ਹੈ, ਸਾਰਾ ਪਰਿਵਾਰ ਵੀ ਉਹਨੂੰ ਗਵਾਉਣਾ ਪੈ ਗਿਆ ਅਤੇ ਜਾਨ ਵੀ ਗਵਾਉਣੀ ਪੈ ਗਈ, ਕੀ ਚੱਕਰ ਪਿਆ ਉਹਨਾਂ ਦੇ ਵਿੱਚ? ਦੇਖੋ ਗੱਲ ਇਹ ਆ ਕਿ ਅਸਲ ਦੇ ਵਿੱਚ ਕਈ ਵਾਰ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਭਿਆਨਕ ਰੂਪ ਅਖਤਿਆਰ ਕਰ ਲੈਂਦੀਆਂ ਨੇ, ਜੀ ਪਰ ਉਹ ਜਿਹੜਾ ਭਿਆਨਕ ਰੂਪ ਹੁੰਦਾ ਸਾਡੀ ਜ਼ਿੰਦਗੀ 'ਚ ਜੋ ਸਾਡੇ ਸਾਹਮਣੇ ਵਾਪਰਦਾ ਪਿੰਡੇ 'ਤੇ ਸਾਨੂੰ ਹੰਢਾਉਣਾ ਪੈਂਦਾ ਹੈ ਨਾ, ਜੀ ਉਹਦੇ ਪਿੱਛੇ ਜ਼ਿਆਦਾ ਜ਼ਿੰਮੇਵਾਰ ਅਸੀਂ ਹੁੰਦੇ ਹਾਂ। ਅਸੀਂ ਬੇਸ਼ੱਕ ਨੁਕਸ ਬੜੇ ਕੱਢਦੇ ਹਾਂ, ਸਮਾਜ 'ਚ ਕੱਢਦੇ ਹਾਂ, ਰੱਬ 'ਤੇ ਕੱਢਦੇ ਹਾਂ, ਬਥੇਰਾ ਕੁਛ ਕਰਦੇ ਹਾਂ, ਪਰ ਕਈ ਵਾਰ ਅਸੀਂ ਜ਼ਿੰਮੇਵਾਰ ਹੁੰਦੇ ਹਾਂ। ਇਹ ਜੀ ਕਹਿੰਦੇ ਨਾ ਕਿ ਜਦੋਂ ਤੁਸੀਂ ਸਮੱਸਿਆ 'ਚ ਘਿਰ ਜਾਓ ਅਤੇ ਜੇ ਤੁਸੀਂ ਸਮੱਸਿਆ ਬਾਰੇ ਸੋਚੋਗੇ ਜੀ ਤਦ ਸਮੱਸਿਆ ਤੁਹਾਡੀ ਬਹੁਤ ਵੱਡੀ ਬਣ ਜਾਏਗੀ, ਜਦ ਤੁਸੀਂ ਹੱਲ ਖੋਜਣ ਵੱਲ ਤੁਰੋਗੇ ਤੁਹਾਡੀ ਸਮੱਸਿਆ ਬਹੁਤ ਛੋਟੀ ਰਹਿ ਜਾਏਗੀ। ਬਿਲਕੁਲ ਤਾਂ ਕਈ ਵਾਰ ਜ਼ਿੰਦਗੀ 'ਚ ਅਸੀਂ ਇਹਨਾਂ ਚੀਜ਼ਾਂ ਦਾ ਐਸਾ ਸ਼ਿਕਾਰ ਹੁੰਦੇ ਹਾਂ, ਗਲਤ ਫੈਸਲੇ ਗਲਤ ਰਸਤੇ ਸਾਨੂੰ ਬਹੁਤ ਗਾਂਹ ਲੈ ਜਾਂਦੇ। ਜੀ ਇਹ ਲਵ ਮੈਰਿਜ ਸੀਗੀ, ਇਹ ਜਿਹੜੀ ਲੇਡੀ ਕਾਂਸਟੇਬਲ ਹੈ ਅਤੇ ਜਿਹੜਾ ਇਹਦਾ ਸ਼ੌਹਰ ਸੀਗਾ, ਕਹਿ ਲਓ ਕਿ ਘਰ ਵਾਲਾ ਸੀਗਾ, ਜੀ ਉਹ ਬੇਰੁਜ਼ਗਾਰ ਸੀਗਾ। ਇਹ ਉੱਥੇ RTI ਵਾਲੀ ਜਿਹੜੀ ਬ੍ਰਾਂਚ ਹੁੰਦੀ ਆ ਮਹਿਕਮਿਆਂ ਦੀ, ਉਹਦੇ 'ਚ ਕੰਮ ਕਰਦੀ ਸੀ। ਜੀ ਹੋਇਆ ਕੀ ਆ ਕਿ ਬਿਹਾਰ ਦੇ ਵਿੱਚ ਇਹ ਪਰਿਵਾਰ ਸਰਕਾਰੀ ਰਹਿਸ਼ 'ਤੇ ਰਹਿੰਦਾ ਸੀਗਾ, ਉੱਥੋਂ ਲਾਸ਼ਾਂ ਮਿਲੀਆਂ ਨੇ। ਦੁੱਧ ਵਾਲਾ ਆਇਆ ਸਵੇਰੇ, ਜਦੋਂ ਦੁੱਧ ਪਵਾਉਣ ਨਹੀਂ ਨਿਕਲਿਆ ਕੋਈ ਬਾਹਰ, ਜੀ ਇਹਨੇ ਅੰਦਰ ਝਾਕ ਮਾਰੀ, ਝਾਤ ਮਾਰੀ ਸੋਰੀ, ਅੰਦਰ ਝਾਤ ਮਾਰੀ ਅਤੇ ਦੇਖਿਆ ਕਿ ਬਈ ਮਰੇ ਪਏ ਨੇ। ਹੁਣ ਇੱਕ ਸੁਸਾਈਡ ਨੋਟ ਕਹਿ ਲਓ ਜਾਂ ਕਹਿ ਲਓ ਕਿ ਉੱਥੇ ਕਰੋਕਾ ਜਿਹੜਾ ਹੈ ਉਹ ਉੱਥੋਂ ਮਿਲਿਆ ਹੈ, ਜਿਹੜਾ ਕਿ ਇਹਦੀ ਨੀਤੂ ਦੇ ਘਰ ਵਾਲੇ ਨੇ ਲਿਖਿਆ ਹੈ। ਜੀ ਉਹਨੇ ਕਿਹਾ ਕਿ ਇਹਦੇ ਗਾਂ ਕਿਸੇ ਨਾਲ ਸੰਬੰਧ ਬਣ ਗਿਆ, ਜਿਹਦੇ 'ਚੋਂ ਇੱਕ ਬੰਦਾ ਸ਼ਾਇਦ ਹਿਰਾਸਤ 'ਚ ਲਿਆ, ਜੀ ਇਹਦੇ ਗਾਂ ਸੰਬੰਧ ਬਣ ਗਿਆ। ਇਹਨੇ ਕੀ ਕੀਤਾ ਕਿ ਦੋ ਬੱਚਿਆਂ ਨੂੰ ਅਤੇ ਮੇਰੀ ਮਾਂ ਨੂੰ ਮਾਰ ਦਿੱਤਾ, ਜੀ ਗਲਾ ਰੇਤ ਕੇ, ਗਲ ਵੱਢ ਕੇ ਉਹਨਾਂ ਨੂੰ ਮਾਰ ਦਿੱਤਾ। ਜਦੋਂ ਮੈਨੂੰ ਪਤਾ ਲੱਗਿਆ ਤਾਂ ਫਿਰ ਮੈਂ ਇਹਨੂੰ ਮਾਰ ਦਿੱਤਾ, ਜਦੋਂ ਹੁਣ ਸਾਰਾ ਕੁਛ ਖਤਮ ਹੋ ਗਿਆ ਤਾਂ ਹੁਣ ਮੈਂ ਲੱਗਾ ਮਰਨ। ਜੀ ਉਹਦੀ ਲਾਸ਼ ਵੀ ਜਿਹੜੀ ਆ ਉਹ ਫੰਦੇ 'ਤੇ ਝੂਲਦੀ ਮਿਲੀ ਆ। ਹੁਣ ਇਹਦੇ 'ਚ ਕੀ ਆ, ਉਹ ਤਾਂ ਜਾਂਚ ਹੋਏਗੀ ਨਾ ਕਿ ਸੂਸਾਈਡ ਨੋਟ ਜਿਹੜਾ ਹੈ ਜਾਂ ਜਿਹਦੇ 'ਚ ਕਹਾਣੀ ਸਾਰੀ ਇਹ ਦੱਸੀ ਗਈ ਆ ਜੀ ਕੀ ਉਹ ਸਹੀ ਆ, ਉਹਦਾ ਲਿਖਿਆ ਕੋਈ ਹੋਰ ਸਾਜਿਸ਼ ਤਾਂ ਨਹੀਂ। ਇਹ ਵੀ ਹੋ ਜਾਂਦਾ ਨਾ ਅੱਜ ਕੱਲ੍ਹ, ਜੀ ਜੀ ਬਿਲਕੁਲ ਮਾਰ ਕੇ ਤੇ ਉਹ ਰੇਲ ਗੱਡੀ ਦੇ ਉੱਤੇ ਸੁੱਟ ਦਿੰਦੇ, ਪਰੜੀ ਤੇ ਸੁੱਟ ਦਿੰਦੇ ਆ ਕਿ ਆਪੇ ਗੱਡੀ ਲੰਘ ਜਾਏਗੀ, ਹਾਦਸਾ ਬਣ ਜਾਏਗਾ, ਖੁਦਕੁਸ਼ੀ ਬਣ ਜਾਏਗੀ, ਐਸਾ ਵੀ ਹੁੰਦਾ ਨਾ। ਤਾਂ ਉਹ ਗੱਲ ਇਹ ਆ ਕਿ ਇਹ ਹੁਣ ਜਦੋਂ ਇੱਕ ਵੈਸੇ ਫਿਲਮ ਸੀ ਬਾਜੀਗਰ ਸ਼ਾਇਦ, ਉਹਦੇ 'ਚ ਵੀ ਉਹ ਪਹਿਲਾਂ ਲੈਟਰ ਲਿਖਾ ਲਿਆ ਜਾਂਦਾ ਖੁਦਕੁਸ਼ੀ ਜੀ ਤੇ, ਜੀ ਅਤੇ ਫਿਰ ਉਹ ਕੰਮ ਹੋ ਜਾਂਦਾ। ਸ਼ਾਹਰੁਖ ਖਾਨ ਵਾਲੀ ਫਿਲਮ। ਹਾਂਜੀ, ਬਾਜ਼ੀਗਰ ਉਹ ਬਾਜ਼ੀਗਰ। ਤਾਂ ਇਹ ਹੁਣ ਜਾਂਚ ਪੜਤਾਲ ਦਾ ਵਿਸ਼ਾ ਰਹਿ ਗਿਆ। ਬਾਕੀ ਕਹਿ ਲਓ ਕਿ ਮਾਮਲਾ ਬੜਾ ਸਨਸਨੀਖੇਜ਼ ਹੈ ਜੀ, ਜੀ ਸਨਸਨੀਖੇਜ਼। ਮੈਂ ਤਾਂ ਹੀ ਕਹਿ ਰਿਹਾ ਕਿ ਕਈ ਵਾਰ ਬੰਦਾ ਇੱਕ ਗਲਤੀ ਕਰ ਲੈਂਦਾ, ਉਸ ਗਲਤੀ 'ਤੇ ਫਿਰ ਉਹ ਸੁਧਾਰਨ ਦੀ ਜਗ੍ਹਾ ਉੱਧਰ ਨੂੰ ਵੀ ਚਲਾ ਜਾਂਦਾ, ਇਹ ਵੀ ਇੱਕ ਪੱਖ ਹੈ। ਜੀ ਪਰ ਜੀ ਜਿਵੇਂ ਮੈਂ ਕਿਹਾ ਕਿ ਕਈ ਵਾਰ ਕੋਈ ਬਾਹਰੀ ਵੀ ਹੁੰਦਾ ਜਿਹੜਾ ਇਹੋ ਜਿਹਾ ਕੰਮ ਕਰਕੇ ਉਹਨੂੰ ਦੂਸਰਾ ਰੂਪ ਦੇਣ ਬਿਲਕੁਲ ਦਾ ਬਿਲਕੁਲ ਯਤਨ ਬਿਲਕੁਲ ਕਰਦਾ, ਇਹ ਤਾਂ ਜਾਂਚ ਪੜਤਾਲ ਦਾ ਵਿਸ਼ਾ। ਪਰ ਜੋ ਵੀ ਹੋਇਆ ਪਰਿਵਾਰ ਖਤਮ ਹੈ। ਜੀ ਹੁਣ ਤਾਂ ਜਾਂਚ ਪੜਤਾਲਾਂ ਹੀ ਰਹਿ ਜਾਣੀਆਂ, ਜੀ ਮਗਰ ਜੀ ਜਿੰਨੀਆਂ ਮਰਜ਼ੀ ਹੋਈ ਜਾਣ, ਹੈ ਨਾ।